ਅੱਜ ਤੋਂ 2 ਸਾਲ ਪਹਿਲਾਂ ਲਾਈਆਂ ਹੋਈਆਂ ਜੋੜੀਆਂ ਨਹਿਰਾਂ ਦੇ ਵਿਚਕਾਰ ਬੇਰੀਆਂ ਨੂੰ ਫਲ ਦੀ ਬਿਲਕੁਲ ਤਿਆਰੀ ਹੈ। ਜਿਸ ਤਰ੍ਹਾਂ ਬੇਰੀਆਂ 'ਤੇ ਇਹ ਫਲ ਆ ਰਿਹਾ ਹੈ, ਸੀਰ ਸੰਸਥਾ ਦੇ ਹੌਂਸਲੇ ਚੌਗਣੇ ਹੁੰਦੇ ਜਾ ਰਹੇ ਨੇ। ਸੀਰ ਸੰਸਥਾ ਦੀ ਸਾਂਭ ਸੰਭਾਲ ਸਦਕਾ ਇਹ ਬੇਰੀਆਂ 2 ਸਾਲਾਂ ਵਿੱਚ ਹੀ ਫਲ ਦੇਣ ਲਈ ਬਿਲਕੁਲ ਤਿਆਰ ਨੇ। ਸੀਰ ਸੰਸਥਾ ਦੇ ਸਰਗਰਮ ਵਰਕਰ ਆਪਣੀ ਡਿਊਟੀ ਤੋਂ ਬਾਅਦ ਸੰਸਥਾ ਲਈ ਸਮਾਂ ਕੱਢ ਕੇ ਪਾਣੀ ਦੀ ਸੇਵਾ ਕਰਦੇ ਹੋਏ ਸੀਰ ਸੰਸਥਾ ਪ੍ਰਧਾਨ ਗੁਰਮੀਤ ਸਿੰਘ ਸੰਧੂ ਪਾਈਪ 'ਤੇ ਜਗਸੀਰ ਸਿੰਘ ਬਰਾੜ ਅਰਜਨ ਦਾ ਬੂਟਾ ਜਿਨ੍ਹਾਂ ਨੂੰ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਧੰਨਵਾਦੀ ਹਾਂ ਸੀਰ ਸੰਸਥਾ ਦੇ ਜਿਨ੍ਹਾਂ ਨੇ ਹਰ ਇੱਕ ਫਰੀਦਕੋਟ ਵਾਸੀ ਨੂੰ ਵਾਤਾਵਰਨ ਜੁੜਨ ਦੀ ਪ੍ਰੇਰਣਾ ਦਿੱਤੀ, ਜਿਸ ਸਦਕਾ ਫਰੀਦਕੋਟ ਨੂੰ ਹਰਿਆ ਭਰਿਆ ਬਣਾਇਆ ਜਾ ਰਿਹਾ ਹੈ। ਅਧਿਆਪਕ ਕਮਲਜੀਤ ਸਿੰਘ ਮੈਂਬਰ ਸੀਰ ਸੰਸਥਾ ਫਰੀਦਕੋਟ।